नमस्कार दोस्तों, आप सभी का अपने चैनल पर स्वागत करता हूं। तो दोस्तों, इस वीडियो के अंदर आप बात करेंगे आज MLK कबड्डी कप के अंदर हरियाणा के दोनों स्टारों की टक्कर होगी भाई, सिल्लू और बुरिया की। किसने कितने रेड के नंबर लिए सिल्लू तक, और सिल्लू ने बुरिया को कितने जप्पे लगाए, तो ये सारी रेड और जप्पे इस वीडियो के अंदर दिखाएंगे। ਅਗਲੀ ਕਬੱਡੀ ਮੁੰਡਾ ਪਰਬਲ ਦੇ ਲਾਗੇ ਉਹਨਾਂ ਦੇ ਸਾਰੇ ਸਾਥੀਆਂ ਵੱਲੋਂ 21,000 ਦੀਆਂ ਪੈਣਗੀਆਂ, ਸੁਲਤਾਨ ਦੀਆਂ 3 ਰੇਡਾਂ 21,000 ਦੀਆਂ। ਉਹ ਕਹਿੰਦੇ ਸਵਾਲਾ ਕੰਮ ਨੇ ਪੜ ਗਿਆ, ਉਹ ਸਵਾਲਾ ਕੰਮ ਨੇ ਪੜ ਗਿਆ, ਹੁਣ ਤੇ ਕਹਿੰਦੇ 31,000 ਦੀਆਂ 58-5 ਤ੍ਰੇਡ। ਗੁਲਜ਼ਾਰੀ ਸੁਣਨ ਦੇ 3 ਜਫੇ 15,000 ਦੇ, ਹੀਰਾ ਭਰਾਵਾਂ ਨੂੰ ਹੋਣਗੇ, ਜਿਹੜਾ ਹੋਲਡ ਵਾਲਾ ਨੰਬਰ ਉਹ ਰੈਫਰੀ ਡਿਸੀਜਨ ਹੈ, ਪਰ ਪੈਂਦੀ ਰੇਡ। ਪਰ ਕਹਿੰਦੇ ਸਿਸਰ ਵਾਲਾ ਕੌਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ, ਉਹ ਸ਼ੀਨੂਆ ਸ਼ੇਰ ਉਹ ਮੁੰਡੇ ਨੂੰ, ਉਹ ਸ਼ੀਨੂਆ ਸ਼ੇਰ ਉਹ ਮੁੰਡੇ ਨੂੰ, ਉਹ ਸ਼ੀਨੂਆ ਸ਼ੇਰ ਉਹ ਮੁੰਡੇ ਨੂੰ। ਉਹ ਪਰ ਇਹ ਕਿੱਥੇ ਰੁਕਦਾ ਹੈ, ਇਹ ਕਿੱਥੇ ਦਬਦਾ ਹੈ, ਹੀਰਾ ਸਾਡਾ ਤਾਰੀ ਟੰਗਾ ਸਾਡੇ ਭਰਾ ਮੇਰੇ ਵੀਰੋ, ਉਹ ਵੇਖੋ ਇੱਕ ਪਾਸੇ ਸੀਨੂਆ ਤੇ ਦੂਜੇ ਪਾਸੇ ਸੀਸਰ ਵਾਲਾ ਬੂਰੀਆ, ਉਹ ਬੱਲੇ ਬੱਲੇ ਹੋ ਗਈ ਮਿੱਤਰੋ, ਉਹ ਖੜਕਾ ਦੜਕਾ, ਉਹ ਦੇਖਾਂਗੇ ਨੰਬਰ ਰੇਡਰ ਦਾ। ਸਾਡੇ ਗੁਰਤੇਜ ਸਿੰਘ ਜੀ USA ਉਹ ਵਿਸ਼ੇਸ਼ ਤੌਰ ਤੇ ਵੱਡੀ ਹਾਜ਼ਰੀ ਲੈ ਕੇ ਆਇਆ, ਧੰਨਵਾਦ ਕਰਦੇ ਹਾਂ। ਸਾਹਮਣੇ ਦੇਖਾਂਗੇ ਸੀਸਰ ਵਾਲਾ ਬੂਰੀਆ ਕਬੱਡੀ ਪਾ ਰਿਹਾ, ਸਾਡੇ 1,05,000 ਹੈ ਸਾਡੇ ਜੱਸਾ ਜੱਜ। ਸਾਹਮਣੇ ਬੂਰੀ ਆ ਗਿਆ, ਹੈਲੋ ਵੱਡੇ ਲਾਣ ਹੋ ਗਏ ਤਾਰੀ ਟਰੰਗਾ ਤੇ ਸਤਨਾਮ ਬੈਂਸ, ਉਹ ਕਹਿੰਦੇ ਨੇ ਬੇਓ ਪਲੰਟੀ ਨਿਊਜ਼ੀਲੈਂਡ ਦਾ ਜਾਫੀ ਜਿਹੜਾ ਵੀ ਜਫਾ ਲਾਓ ਤਾਂ 11,000 ਰੁਪਇਆ ਹਰ ਇੱਕ ਜਫੇ ਦਾ ਦਿੱਤਾ ਜਾਣਾ ਮੇਰੇ ਵੀਰੋ। ਸਾਹਮਣੇ ਸੀਲੂ ਹੈ ਤੇ ਦੂਜੇ ਪਾਸੇ ਪੂਰੀਆ, ਉਹ ਵੇਖਾਂਗੇ ਇੱਕ ਪਾਸੇ ਬਾਹੂ ਅਕਬਰਪੁਰ ਦੀ ਧਰਤੀ ਦਾ ਸੀਲੂ ਤੇ ਦੂਜੇ ਪਾਸੇ ਬੱਲੇ ਖੇਡਦੀ ਹੈ, ਆਹ ਕਹਿੰਦੇ ਹੀਰਾ ਭਰਾਵਾਂ ਦੀ ਟੀਮ, ਸਤਨਾਮ ਬੈਂਸਰਾਂ ਦੀ ਟੀਮ, ਤੀਰਥ ਟਵਾਲ ਵਾਲਾਂ ਦੀ ਟੀਮ, ਗੁਰਪ੍ਰੀਤ ਭੱਲੇ ਵਾਲਾਂ ਦੀ ਟੀਮ। 1,00,000 ਦਾ ਜਫਾ ਠੋਕਿਆ ਤੀਜਾ।